ਸਤਿ ਸ਼੍ਰੀ ਅਕਾਲ, ਮੈਂ ਬੂਟਾ ਸਿੰਘ ਜੀ। ਇੱਕ ਵਾਰੀ ਫਿਰ ਜਈਆਂ ਦੀਆਂ ਮੁਸ਼ਕਲਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ, ਜਿਵੇਂ ਪਹਿਲਾਂ ਕੀਤਾ ਸੀ। ਇੱਕ ਵਾਰੀ ਕੀ ਹੁੰਦਾ ਕਿ ਵੀ ਰਾਤ ਨੂੰ ਹਨੇਰੀ ਆ ਜਾਂਦੀ ਹੈ, ਤੂਫਾਨ ਬਹੁਤ। ਅਗਲੇ ਦਿਨ ਸਾਰੇ ਜਈਆਂ ਨੂੰ ਪਤਾ ਹੀ ਹੈ ਵੀ ਸਾਰੇ ਫੀਡਰ ਬੰਦ, ਅਤੇ ਕੰਪਲੇਂਟਾਂ ਇੰਨੀਆਂ ਆਉਂਦੀਆਂ, ਅਤੇ ਜਈ ਦੀਆਂ ਮੁਸ਼ਕਲਾਂ ਮੈਂ ਦੱਸਦਾ। ਉਹ ਝੱਖੜ ਨਾਲ ਫੀਡਰ ਖੜ ਗਏ, ਬਹੁਤੇ ਸਤਾਏ ਆ। ਰਾਤੀ ਵੀ 11 ਵਜੇ ਸੀ, 5 ਵਜੇ ਫਿਰ ਆਏ ਆ। ਰਾਤੀ ਵੀ 11 ਵਜੇ ਸੀ, 5 ਵਜੇ ਫਿਰ ਆਏ ਆ। ਉੱਤੋਂ ਐ ਸਿਖਰ ਦੁਪਹਿਰਾ, ਖੰਬੇ ਵੀ ਗਰਮ ਕੁੜੇ। ਖਹਿੜਾ ਸਾਡਾ ਫੋਨ ਨਹੀਂ ਛੱਡਦਾ, ਬੋਲਾਂ ਕਿੱਦਾਂ ਨਰਮ ਕੁੜੇ। ਵੇਖਣ ਨੂੰ ਵਿਹਲੇ ਲੱਗਦੇ ਹੁੰਦੇ ਜਿਉਂ ਸੇਠ ਕੁੜੇ। ਆ ਜਾ ਇੱਕ ਪਹਿੜੀ ਸੀਜਨ ਲਾ ਕੇ ਤਾਂ ਵੇਖ ਕੁੜੇ, ਸਾਡੇ ਨਾਲ ਪਹਿੜੀ ਸੀਜਨ ਲਾ ਕੇ ਤਾਂ ਵੇਖ ਕੁੜੇ। ਉਹ ਨਾ ਹੀ ਕਦੇ ਅੱਕੇ ਬੱਲੀਏ, ਨਾ ਹੀ ਕਦੇ ਥੱਕੇ ਨੇ। ਮਿਹਨਤ ਕਸ਼ ਬਿਜਲੀ ਵਾਲੇ ਡਿਊਟੀ ਦੇ ਪੱਕੇ ਨੇ। ਮਿਹਨਤ ਕਸ਼ ਬਿਜਲੀ ਵਾਲੇ ਡਿਊਟੀ ਹੀ ਦੇ ਪੱਕੇ ਨੇ। ਗੁੱਸੇ ਵਿੱਚ ਬੜੇ ਬੋਲਦੇ, ਤਾਂ ਵੀ ਮੈਂ ਲੜਦਾ ਨਹੀਂ। ਫੀਲਡ ਵਿੱਚ ਜਈ ਪੁਣੇ ਨੂੰ ਮਾੜਾ ਬੰਦਾ ਕਰਦਾ ਨਹੀਂ। ਲੋਕਾਂ ਲਈ ਔਸਮ ਮੌਸਮ ਜਈਆਂ ਦਾ ਵੈਰੀ ਨਹੀਂ। ਫੀਡਰ ਪੈਂਦੇ ਚਾਲੂ ਕਰਨੇ, ਏ ਪੀ ਭਾਵੇਂ ਸ਼ਹਿਰੀ ਨਹੀਂ। ਡਿਊਟੀ ਕਰੋ 24 ਘੰਟੇ ਜਈਆਂ ਦੇ ਲੇਖ ਕੁੜੇ। ਆ ਜਾ ਇੱਕ ਪਹਿੜੀ ਸੀਜਨ ਲਾ ਕੇ ਤਾਂ ਵੇਖ ਕੁੜੇ, ਸਾਡੇ ਨਾਲ ਪਹਿੜੀ ਸੀਜਨ ਲਾ ਕੇ ਤਾਂ ਵੇਖ ਕੁੜੇ। ਉਹ ਦੱਸ ਕਿੱਦਾਂ ਸਮਝੇਗੀ ਨੀ ਜਈਆਂ ਦੀਆਂ ਬਾਤਾਂ ਨੂੰ। ਮੋਟਰ ਦਾ ਪਾਣੀ ਇੱਥੇ ਖੜ ਜੇ ਜੇ ਰਾਤਾਂ ਨੂੰ। ਮੋਟਰ ਦਾ ਪਾਣੀ ਇੱਥੇ ਖੜ ਜੇ ਜੇ ਰਾਤਾਂ ਨੂੰ। ਉਦੋਂ ਵੀ ਫੋਨ ਖੜਕਦੇ ਭਾਵੇਂ ਕਿੰਨੀ ਰਾਤ ਕੁੜੇ। ਜਈ ਕਿੱਥੋਂ ਚਾਲੂ ਕਰਦੇ, ਹੈ ਨੀ ਕੋਈ ਸਟਾਫ ਕੁੜੇ। ਗੱਲ ਤੈਨੂੰ ਹੋਰ ਜ਼ਰੂਰੀ ਦੱਸਾਂ ਮੈਂ ਕਈਆਂ ਦੀ, ਹਰ ਕੰਮ ਦੀ ਜ਼ਿੰਮੇਵਾਰੀ ਹੁੰਦੀ ਇੱਥੇ ਜਈਆਂ ਦੀ। ਬੂਟਾ ਲਿਖੇ ਦਿਲ ਦੀਆਂ ਗੱਲਾਂ ਜਈਆਂ ਦੇ ਵਿੱਚ ਕੁੜੇ। ਆ ਜਾ ਇੱਕ ਪਹਿੜੀ ਸੀਜਨ ਲਾ ਕੇ ਤਾਂ ਵੇਖ ਕੁੜੇ, ਸਾਡੇ ਨਾਲ ਪਹਿੜੀ ਸੀਜਨ ਲਾ ਕੇ ਤਾਂ ਵੇਖ ਕੁੜੇ। ਧੰਨਵਾਦ ਜੀ।